मोहाली दे नाल लगदे पिंडां दे विच भू माफिया लगातार अपने पैर पसारदा जा रहा है। इन्हां इलाकियां विच पैराफेरी एक्ट दे नाल नाल कई तरह दीआं पाबंदियां लग्गियां होण दे बावजूद भू माफिया बेखौफ तरीके दे नाल कानून नियमां नूं छिके टंग के कलोनियां कट रहे ने अते उसारियां करके भोले भाले लोकां नूं ठगी दा शिकार बना रहे ने। गल करदे हां मोहाली दे पिंड चामपुर दी, तां भू माफिया इन्ना बेखौफ हो चुका है कि किसे भी धार्मिक स्थान, मठ दी जगह, पार्क जां होर आम लोकां लई वरती जाण वाली जमीन दी गैर कानूनी तरीके दे नाल खरीदो फरोखत करके भोले भाले लोकां नूं वेच रहे ने, जदकि ना तां पानी दी निकासी, ना सीवरेज, ना बिजली अते ना ही मूलभूत सुविधावां। इन्हां दा इक्को इक टीचा है कि किवें लोकां नूं जाली कागज तैयार करके जमीन वेच दित्ती जावे, जिस तों बाद इह भोले भाले लोग अपने आप ही सरकारी दफ्तरां दे गेड़े कढ़दे रहण अते अपना काम करवाउंदे रहण। उन्हां दा काम सिर्फ भोले भाले लोकां नूं ठगी दा शिकार बनाउणा ही है। ਤੇ ਹੁਣ ਗੱਲ ਕਰਦੇ ਹਾਂ ਝਾਮਪੁਰ ਦੀ। ਝਾਮਪੁਰ ਦੇ ਵਿੱਚ ਨਜਾਇਜ਼ ਉਸਾਰੀਆਂ ਕਰਨ ਵਾਲੇ ਬਿਲਡਰਾਂ ਵਿੱਚ ਸਭ ਤੋਂ ਮੁਹਰਲੇ ਯਾਨੀ ਪਹਿਲੀ ਗਿਣਤੀ ਵਿੱਚ ਨਾਂ ਆਉਂਦਾ ਹੈ ਸਾਈਂ ਪ੍ਰੋਪਰਟੀਜ਼ ਦਾ, ਜਿਨ੍ਹਾਂ ਵੱਲੋਂ ਕਈ ਨਜਾਇਜ਼ ਉਸਾਰੀਆਂ ਕੀਤੀਆਂ ਗਈਆਂ ਨੇ, ਜਿਨ੍ਹਾਂ ਵਿੱਚ ਕਿੱਲਾ ਨੰਬਰ 25, 15/2 ਗੈਰ ਮੁਮਕਿਨ ਜ਼ਮੀਨ ਹੈ, ਜਿਸ ਦੇ ਬੇਤਮਾਮ ਗੁਰਨਾਮ ਸਿੰਘ ਪੁੱਤਰ ਕਾਬਲ ਸਿੰਘ ਅਤੇ ਮਨਜੀਤ ਸਿੰਘ ਪੁੱਤਰ ਰਾਮ ਸਿੰਘ ਦੇ ਨਾਂ ਬੋਲਦੀ ਹੈ, ਜਿਸ ਦੀ ਨਾ ਤਾਂ ਖਰੀਦੋ ਫਰੋਖਤ ਹੋ ਸਕਦੀ ਹੈ ਅਤੇ ਨਾ ਹੀ ਇਸ ਉੱਤੇ ਉਸਾਰੀ ਕਰਕੇ ਇਸ ਨੂੰ ਵੇਚਿਆ ਜਾ ਸਕਦਾ ਹੈ। ਪਰ ਸਾਈਂ ਪ੍ਰੋਪਰਟੀਜ਼ ਵਾਲਿਆਂ ਨੇ ਤਾਂ ਇੱਥੇ ਉਸਾਰੀ ਕਰਕੇ ਸ਼ੋਰੂਮ ਵੀ ਬਣਾ ਦਿੱਤੇ ਨੇ, ਜਿਨ੍ਹਾਂ ਨੂੰ ਜਾਲੀ ਕਾਗਜ਼ ਦੇ ਜ਼ਰੀਏ ਕਿਸੇ ਹੋਰ ਨੂੰ ਵੇਚ ਦਿੱਤਾ ਜਾਵੇਗਾ, ਜਾਂ ਇੰਜ ਕਹਿ ਲਈਏ ਕਿ ਵੇਚ ਹੀ ਦਿੱਤਾ ਹੋਣਾ। ਅਜਿਹੇ ਵਿੱਚ ਤੁਸੀਂ ਸੋਚ ਹੀ ਸਕਦੇ ਹੋ ਕਿ ਕਿੰਨੇ ਵੱਡੇ ਪੱਧਰ ਤੇ ਸਾਈਂ ਪ੍ਰੋਪਰਟੀਜ਼ ਦੇ ਮਾਲਕ ਲੋਕਾਂ ਨਾਲ ਠੱਗੀ ਕਰ ਰਹੇ ਨੇ ਅਤੇ ਪ੍ਰਸ਼ਾਸਨ ਦੀਆਂ ਅੱਖਾਂ ਤੇ ਪਰਦਾ ਪਾ ਰਹੇ ਨੇ। ਹੁਣ ਗੱਲ ਕਰਦੇ ਹਾਂ ਝਾਮਪੁਰ ਦੇ ਹੀ ਨਾਨਕ ਇਨਕਲੇਵ ਦੇ ਪਿਛਲੇ ਪਾਸੇ ਦੀ। ਇੱਥੇ ਵੀ ਵੱਡੇ ਪੱਧਰ ਤੇ ਨਜਾਇਜ਼ ਉਸਾਰੀਆਂ ਕੀਤੀਆਂ ਜਾ ਰਹੀਆਂ ਨੇ। ਇਹ ਉਸਾਰੀ ਉਸ ਜਗ੍ਹਾ ਤੇ ਕੀਤੀ ਜਾ ਰਹੀ ਹੈ ਜੋ ਸਪੋਰਟਸ ਅਤੇ ਰੀਕ੍ਰੀਏਸ਼ਨ ਲਈ ਰਿਜ਼ਰਵ ਰੱਖੀ ਗਈ ਹੈ। ਮੋਹਾਲੀ ਦੇ ਨਾਲ ਲੱਗਦੇ ਝਾਮਪੁਰ ਦੇ ਵਿੱਚ ਨਜਾਇਜ਼ ਉਸਾਰੀਆਂ ਦਾ ਕਾਰੋਬਾਰ ਧੜੱਲੇ ਨਾਲ ਚੱਲ ਰਿਹਾ ਅਤੇ ਧੜੱਲੇ ਦੇ ਨਾਲ ਬਿਲਡਰ ਬੇਖੌਫ ਤਰੀਕੇ ਦੇ ਨਾਲ ਉਸਾਰੀਆਂ ਕਰਦੇ ਹੋਏ ਨਜ਼ਰ ਆ ਰਹੇ ਨੇ। ਇਸ ਵੇਲੇ ਮੈਂ ਮੌਜੂਦ ਹਾਂ ਮੋਹਾਲੀ ਦਾ ਪਿੰਡ ਝਾਮਪੁਰ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਸਾਰੀਆਂ ਦਾ ਦੌਰ ਇੱਥੇ ਦਿਨ ਬ ਦਿਨ ਜੰਗੀ ਪੱਧਰ 'ਤੇ ਚੱਲਦਾ ਪਿਆ ਹੈ। ਨਜਾਇਜ਼ ਉਸਾਰੀਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ, ਵੱਡੇ ਪੱਧਰ 'ਤੇ ਉਸਾਰੀ ਹੁੰਦੀ ਪਈ ਹੈ ਅਤੇ ਕਿਤੇ ਨਾ ਕਿਤੇ ਗਮਾਡਾ ਜਿਹੜਾ ਹੈ ਅੱਖਾਂ ਬੰਦ ਕਰਕੇ ਬੈਠਾ ਹੈ। ਗਮਾਡਾ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਹੋਏ ਨੇ, ਹਾਲਾਂਕਿ ਉਹਨਾਂ ਵੱਲੋਂ ਪੀਲਾ ਪੰਜਾ ਤਾਂ ਚਲਾਇਆ ਜਾਂਦਾ, ਲੇਕਿਨ ਇੱਕ ਦਿਖਾਵੇ ਦੇ ਲਈ ਪੀਲਾ ਪੰਜਾ ਚਲਾਇਆ ਜਾਂਦਾ, ਜਦਕਿ ਬੇਖੌਫ ਬਿਲਡਰਾਂ ਵੱਲੋਂ ਨਿਰੰਤਰ ਜਿਹੜਾ ਹੈ ਉਸਾਰੀਆਂ ਕੀਤੀਆਂ ਜਾ ਰਹੀਆਂ ਨੇ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮਹਿੰਦਰ ਠਾਕੁਰ ਨਾਂ ਦੇ ਬਿਲਡਰ ਵੱਲੋਂ ਇਹ ਕਲੋਨੀ ਕੱਟੀ ਗਈ ਹੈ, ਪਰ ਇਸ ਸੰਬੰਧੀ ਜਦੋਂ ਠਾਕੁਰ ਸਾਹਿਬ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਇਸ ਦਾ ਸਾਰਾ ਠੀਕਰਾ ਕਿਸੇ ਹੋਰ ਦੇ ਸਿਰ ਭੰਨਦੇ ਹੋਏ ਨਜ਼ਰ ਆਏ। ਦਰਅਸਲ ਇਹਨਾਂ ਬਿਲਡਰਾਂ ਦੀ ਕਾਲੀ ਕਮਾਈ ਦਾ ਕੁਝ ਹਿੱਸਾ ਗਮਾਡਾ ਦੇ ਅਧਿਕਾਰੀਆਂ ਨੂੰ ਵੀ ਪਹੁੰਚਾਇਆ ਜਾਂਦਾ ਹੈ। ਉੱਪਰ ਤੋਂ ਲੈ ਕੇ ਹੇਠਾਂ ਤੱਕ ਇਹਨਾਂ ਅਧਿਕਾਰੀਆਂ ਦੀ ਜੇਬਾਂ ਗਰਮ ਕਰਨ ਤੋਂ ਬਾਅਦ ਹੀ ਇਹ ਬਿਲਡਰ ਬੇਖੌਫ ਤਰੀਕੇ ਦੇ ਨਾਲ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰੀ ਤੰਤਰ ਦੀ ਨੀਂਦ ਕਦੋਂ ਖੁੱਲ੍ਹਦੀ ਹੈ ਅਤੇ ਕਦੋਂ ਭੋਲੇ ਭਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਾਉਂਦੇ ਨੇ। ਕੈਮਰਾਮੈਨ ਗੁਰਵਿੰਦਰ ਦੇ ਨਾਲ ਪ੍ਰਹਲਾਦ ਸੰਗੇਲੀਆ ਦੀ ਰਿਪੋਰਟ, ਰੀਅਲ ਫਲੇਵਰਸ ਨਿਊਜ਼।